ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਇੱਕ ਦਿਨ ਅਸੀਂ ਜਿਹੜੇ ਅੰਬ ਤੋੜ ਕੇ ਲਿਆਂਦੇ ਸੀਗੇ ਦੋਸਤੋ, ਵੀਡੀਓ ਆਪਾਂ ਪਾਈ ਸੀ, ਤੁਸੀਂ ਦੇਖੀ ਆ। ਅਤੇ ਅੱਜ ਸਾਰੀ ਤਿਆਰੀ ਮੰਮੀ ਨੇ ਕੀਤੀ ਹੋਈ ਆ, ਅਤੇ ਅੰਬ ਦਾ ਚਾਰ ਅਸੀਂ ਪਾਉਣ ਲੱਗੇ ਹਾਂ। ਅਤੇ ਇਹ ਵੀਡੀਓ ਤਾਂ ਬਣਾ ਰਹੇ ਹਾਂ ਕਿਉਂਕਿ ਹਰ ਕਿਸੇ ਦਾ ਵੱਖਰਾ ਵੱਖਰਾ ਤਰੀਕਾ ਹੁੰਦਾ ਅਚਾਰ ਪਾਉਣ ਦਾ ਵੀ, ਅਤੇ ਅਸੀਂ ਵੀ ਆਪਣਾ ਜਿਹੜਾ ਕਿ ਅੱਜ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ, ਕਿਉਂਕਿ ਮੰਮੀ ਜਿਹੜਾ ਸਾਡੇ ਅਚਾਰ ਪਾਉਂਦੇ ਨੇ ਸਾਰਾ ਸਾਲ ਬਿਲਕੁਲ ਵੀ ਖਰਾਬ ਨਹੀਂ ਹੁੰਦਾ, ਬਹੁਤ ਹੀ ਇਸ ਤਰ੍ਹਾਂ ਹੀ ਪਿਆ ਰਹਿੰਦਾ ਜਿਵੇਂ ਕਿ ਤਾਜ਼ਾ ਤਾਜ਼ਾ ਅਚਾਰ ਹੁੰਦਾ ਹੈਗਾ। ਅਤੇ ਹੁਣ ਜਿਹੜਾ ਕਿ ਅਸੀਂ ਕੀ ਕੀਤਾ ਸੀਗਾ, ਸਭ ਤੋਂ ਪਹਿਲਾਂ ਅੰਬਾਂ ਨੂੰ ਧੋ ਕੇ ਇੱਕ ਰਾਤ ਵਾਸਤੇ ਰੱਖਿਆ ਸੀਗਾ, ਅਤੇ ਭਿਉਂ ਕੇ ਰੱਖਿਆ ਸੀਗਾ, ਅਤੇ ਅਗਲੇ ਦਿਨ ਮਤਲਬ ਕਿ ਸਾਫ਼ ਕਰਕੇ ਉਹਨਾਂ ਨੂੰ ਕੱਟ ਕੇ ਅਤੇ ਫਿਰ ਜਿਹੜਾ ਕਿ ਫਿਰ ਧੋਤਾ ਸੀਗਾ, ਅਤੇ ਫਿਰ ਆਪਾਂ ਉਹਨਾਂ ਨੂੰ ਮੰਜੇ 'ਤੇ ਪਾ ਕੇ ਜਿਹੜਾ ਕਿ ਸੁਕਾ ਲਿਆ ਸੀਗਾ। ਅਤੇ ਹੁਣ ਮੰਮੀ ਜਿਹੜਾ ਕਿ ਚਾਰ ਪਾਉਣਗੇ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਆਪਾਂ ਜਿਹੜਾ ਪਾਉਂਦੇ ਹਾਂ ਜਿਹੜਾ ਮਸਾਲਾ ਇਹ ਸਾਰਾ, ਹੈ ਨਾ ਮੰਮੀ, ਆਪਾਂ ਬਰੀਕ ਕਰ ਲਿਆ, ਹੈ ਨਾ, ਦਰੜ ਫਰੜ ਜਿਹਾ ਕਰ ਲਿਆ ਜਿਹੜਾ ਵੀ ਮਸਾਲਾ ਆਪਾਂ ਵਿੱਚ ਇਹਦੇ ਪਾਉਣਾ। ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਿ ਮਸਾਲਾ ਬੱਠਲ ਦੇ ਵਿੱਚ ਪਾ ਲੈਂਦੇ, ਅਤੇ ਮਸਾਲੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਪਾ ਤਾ ਜੀ। ਅਤੇ ਜਿਹੜੇ ਆਪਣੇ ਕੋਲ ਅੰਬ ਹੈਗੇ ਆ ਜੀ, ਇਹ ਅੰਬ ਸਾਰੇ ਨੇ ਜੀ, ਮਤਲਬ ਕਿ ਪਹਿਲਾਂ ਤਾਂ ਸੀਗੇ ਵੀ 10-11 ਕਿਲੋ ਸੀਗੇ, ਅਤੇ ਵਿੱਚੋਂ ਜਿਵੇਂ ਗਿੜਕਾ ਵਗੈਰਾ ਸਾਰਾ ਨਿਕਲ ਕੇ ਇਹ ਜਿਹੜਾ ਅੰਬ ਰਹਿ ਗਏ ਆ ਜੀ, 8 ਕਿਲੋ ਰਹਿ ਗਏ ਆ। ਅਤੇ ਇਹਦੇ ਵਿੱਚ ਆਪਾਂ 2 ਕਿਲੋ ਤੋਂ ਜਿਹੜਾ ਕਿ ਹੈਗਾ ਲਿਫਾਫਾ ਨਮਕ ਵਾਲਾ, 2 ਕਿਲੋ ਤੋਂ ਘੱਟ ਜਿਹੜਾ ਕਿ ਇਹਦੇ ਵਿੱਚ ਆਪਾਂ ਨਮਕ ਪਾ ਤਾ ਥੋੜ੍ਹਾ ਜਿਹਾ ਰੱਖਿਆ ਹੋਇਆ, ਅਤੇ ਬਾਕੀ ਆਪਾਂ 8 ਕਿਲੋ ਦੇ ਹਿਸਾਬ ਦੇ ਨਾਲ ਹੀ ਜਿਹੜਾ ਮਸਾਲਾ ਪਾ ਤਾ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਹਾਂ ਜੀ ਮਿਰਚਾਂ, ਅਤੇ ਨਾਲ ਹੀ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ। ਹੁਣ ਨਿੱਕੀ ਜੀ ਸਾਡੀ ਜਿਹੜੀ ਕੜਛੀ ਹੈਗੀ ਆ, ਇਹ ਜਿਹੜੀ ਆਪਾਂ ਕਿ ਹਲਦੀ ਦੀ ਪਾ ਰਹੇ ਹਾਂ, 2 ਕੜਛੀਆਂ ਪਾ ਤੀਆਂ ਜੀ। ਅਤੇ ਹੁਣ ਮੰਮੀ ਆਪਾਂ ਜਿਹੜੀ ਇਹ 'ਚ ਖੰਡ ਪਾ ਰਹੇ ਹਾਂ, ਖੰਡ ਕਾਹਤੋਂ ਪਾ ਰਹੇ ਹਾਂ ਵੀ? ਅੱਛਾ ਦੋਸਤੋ, ਜੇ ਇਹਦੇ 'ਚ ਹੁਣ ਆਪਾਂ 1 ਕੌਲਾ ਪਾਈ ਹੈ ਜੀ ਖੰਡ, ਅਤੇ ਖੰਡ ਦੇ ਨਾਲ ਵੀ ਜਿਹੜਾ ਚਾਰ ਆ ਵਧੀਆ ਜਿਹੜਾ ਕਿ ਗਲ ਜਾਂਦਾ। ਅਤੇ ਥੋੜ੍ਹੇ ਜਿਹੇ ਸਾਡੇ ਅੰਬ ਵੀ ਜਿਹੜੇ ਥੋੜ੍ਹੇ ਜਿਹੇ ਕੱਚੇ ਸੀਗੇ, ਹੈ ਨਾ, ਤਾਂ ਕਰਕੇ ਵੀ ਵਧੀਆ ਜਿਹੜੇ ਕਿ ਇਹ ਬਣ ਜਾਣਗੇ। ਜਦੋਂ ਅਸੀਂ ਪਹਿਲਾਂ ਬਾਜ਼ਾਰ 'ਚੋਂ ਅੰਬ ਲਿਆਉਂਦੇ ਸੀ ਉਦੋਂ ਨਹੀਂ ਅਸੀਂ ਮਤਲਬ ਕਿ ਖੰਡ ਪਾਉਂਦੇ ਸੀ, ਕਿਉਂਕਿ ਉਦੋਂ ਜਿਹੜੇ ਅੰਬ ਥੋੜ੍ਹੇ ਜਿਹੇ ਜ਼ਿਆਦਾ ਹੀ ਪੱਕੇ ਜਿਹੇ ਹੁੰਦੇ ਸੀਗੇ ਉਹ। ਅਤੇ ਹੁਣ ਜਿੱਦਾਂ ਦੇ ਸਾਨੂੰ 3 ਸਾਲ ਹੋ ਗਏ ਆ ਅਸੀਂ ਜਿਹੜਾ ਕਿ ਚਾਰ ਪਾਉਂਦੇ ਹੈਗੇ ਹਾਂ ਘਰ ਦੇ ਅੰਬਾਂ ਦਾ, ਅਤੇ ਇਹਦੇ ਵਿੱਚ ਅਸੀਂ ਥੋੜ੍ਹੀ ਜਿਹੜੀ ਕਿ ਖੰਡ ਪਾ ਦਿੰਦੇ ਹਾਂ। ਅਤੇ ਹੁਣ ਨਾਲ ਹੀ ਹੁਣ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜੀ ਸਰ੍ਹੋਂ ਦਾ ਤੇਲ। ਸਰ੍ਹੋਂ ਦਾ ਤੇਲ ਵੀ ਆਪਣਾ ਕਰਦਾ, ਅਤੇ ਕਈ ਜਿਹੜੇ ਕਿ ਗਰਮ ਕਰਕੇ ਵੀ ਪਾਉਂਦੇ ਹੁੰਦੇ ਆ ਤੇਲ, ਹੈ ਨਾ, ਅਤੇ ਅਸੀਂ ਇੱਦਾਂ ਕੱਚਾ ਹੀ ਪਾ ਦਿੰਦੇ ਹਾਂ। ਹੁਣ ਇਹਨੂੰ ਸਾਰੇ ਮਸਾਲੇ ਨੂੰ ਜਿਹੜਾ ਕਿ ਆਪਾਂ ਰਲਾ ਲੈਂਦੇ ਹਾਂ, ਅਤੇ ਇਹਦੇ ਵਿੱਚ ਜਿਹੜਾ ਕਿ ਕਿਲੋ ਕੁ ਆਪਣਾ ਸਰ੍ਹੋਂ ਦਾ ਤੇਲ ਪੈ ਗਿਆ ਹੋਊਗਾ ਵੀ ਇੱਕ ਵਾਰੀ ਜਿਹੜਾ ਮਸਾਲਾ ਉਹਨੂੰ ਬਸ ਚੰਗੀ ਤਰ੍ਹਾਂ ਜਾਣੀ ਕਿ ਆਪਾਂ ਵਿੱਚ ਤੇਲ ਦੇ ਰਲਾ ਲਿਆ ਹੈਗਾ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕਿ ਅੰਬ ਸਾਰੇ ਰਲਾ ਲਾਂਗੇ, ਅਤੇ ਅੰਬ ਇਹ ਬਿਲਕੁਲ ਮਤਲਬ ਕਿ ਸੁੱਕ ਗਿਆ ਵੀ ਮੋਇਸਚਰ ਹੈ ਨਹੀਂ ਗਿਆ ਇਹਦੇ 'ਚ। ਅਤੇ ਤੁਹਾਨੂੰ ਆਪਾਂ ਪਿਛਲੇ ਸਾਲ ਵਾਲਾ ਸਾਡਾ ਅਚਾਰ ਵੀ ਦਿਖਾਵਾਂਗੇ, ਉਹ ਵੀ ਬਹੁਤ ਵਧੀਆ ਮਤਲਬ ਕਿ ਪਿਆ ਹੋਇਆ। ਫਿਰ ਬਸ ਇਸ ਤਰ੍ਹਾਂ ਜਿਹੜਾ ਕਿ ਸਾਰਾ ਅਚਾਰ ਮਤਲਬ ਕਿ ਆਪਾਂ ਪਾ ਕੇ ਅਤੇ ਫਿਰ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ, ਵੀ ਸਾਰੀਆਂ ਜਿਹੜੀਆਂ ਅੰਬ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਸਾਲਾ ਲੱਗ ਜਾਵੇ। ਫਿਰ ਥੋੜ੍ਹੇ ਅੰਬ ਪਾ ਕੇ ਆਪਾਂ ਇਸ ਤਰ੍ਹਾਂ ਜਿਹੜਾ ਕਿ ਮਿਕਸ ਕਰਾਂਗੇ, ਅਤੇ ਫਿਰ ਆਪਾਂ ਉਹ ਡੱਬੇ ਦੇ ਵਿੱਚ ਪਾਉਂਦੇ ਜਾਵਾਂਗੇ, ਫਿਰ ਇਹਦੇ ਵਿੱਚ ਆਪਾਂ ਹੋਰ ਅੰਬ ਪਾ ਲਾਂਗੇ। ਲਓ ਜੀ, ਇੱਧਰ ਜਿਹੜਾ ਕਿ ਅਚਾਰ ਆਪਣਾ ਪਾ ਤਾ ਸਾਰਾ ਡੱਬੇ ਦੇ ਵਿੱਚ, ਅਤੇ ਦੋਸਤੋ ਇੱਧਰ ਆਪਣਾ ਹੈਗਾ ਜੀ ਆਹ ਵਾਲਾ ਪਿਛਲੇ ਸਾਲ ਦਾ ਅਚਾਰ, ਆਹ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਆਪਾਂ ਜਿਹੜੇ ਕਿ ਪਿਛਲੇ ਸਾਲ ਥੋੜ੍ਹੇ ਜਿਹੇ ਚੁੱਬੜ ਪਾ ਲਏ ਸੀ, ਮਿਰਚਾਂ ਪਾ ਲਈਆਂ ਸੀਗੀਆਂ, ਪਰ ਜਿਹੜਾ ਅੰਬ ਦਾ ਅਚਾਰ ਹੈ ਪਿਛਲੇ ਸਾਲ ਵਾਲਾ ਵੀ ਬਹੁਤ ਹੀ ਜ਼ਿਆਦਾ ਵਧੀਆ ਉਵੇਂ ਪਿਆ ਹੋਇਆ ਜਿਵੇਂ
ਵੀ ਨਵਾਂ ਨਵਾਂ ਚਾਰ ਜਿਹਾ ਹੁੰਦਾ ਕੱਚਾ ਜਿਹਾ। ਇਹ ਹੁਣ ਜਿਹੜਾ ਆਪਾਂ ਇਹ ਚਾਰ ਜਿਹੜਾ ਆਪਾਂ ਪਾ ਲਿਆ ਹੈਗਾ, ਬਾਕੀ ਦਾ ਜਿਹੜਾ ਅਸੀਂ ਮਸਾਲਾ ਉਹ ਵੀ ਜਿਹੜਾ ਮੰਮੀ ਨੇ ਉੱਪਰ ਪਾ ਤਾ। ਅਤੇ ਇਹਦੇ ਵਿੱਚ ਜਿਹੜਾ ਹੁਣ ਆਪਾਂ ਤੇਲ ਪਾਵਾਂਗੇ ਜੀ, ਸਰ੍ਹੋਂ ਦਾ 1 ਕਿਲੋ ਤੇਲ ਹੋਰ ਪਾਵਾਂਗੇ, ਪਰ ਉਹ ਜਿਹੜਾ ਹੁਣ ਆਪਾਂ ਪਾਵਾਂਗੇ ਜੀ 2 ਦਿਨਾਂ ਬਾਅਦ। ਲਓ ਜੀ, ਗੰਨੇ ਵਾਲੀ ਮਸ਼ੀਨ ਜਿਹੜੀ ਆਪਾਂ ਲਿਆਂਦੀ ਹੋਈ ਆ, ਅਤੇ ਉਹਦੇ ਨਾਲ ਹੀ ਆਪਾਂ ਕੱਢ ਰਹੇ ਸੀ ਜੂਸ। ਸੰਧੂ ਸਾਹਿਬ ਅੱਜ ਘਰ ਨਹੀਂ ਸੀ ਦੋਸਤੋ, ਅਤੇ ਇਹ ਨਿੱਕਾ ਜਿਹਾ ਵਲੌਗ ਮੈਂ ਬਣਾਇਆ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਪੂਰਾ ਵਧੀਆ ਯਾਨੀ ਕਿ ਸਾਫ਼ ਹੋ ਕੇ ਜੂਸ ਨਿਕਲਦਾ। ਵੈਸੇ ਆਪਾਂ ਇੱਕ ਵਾਰੀ ਪੁਣ ਵੀ ਲਵਾਂਗੇ। ਅਤੇ ਆਪਾਂ ਜੂਸ ਜਿਹੜਾ ਗੰਨੇ ਦਾ ਫਰੈਸ਼ ਕੱਢ ਲਿਆ, ਅਤੇ ਤੁਹਾਨੂੰ ਫਿਰ ਦੱਸ ਦਈਏ ਇਹ ਆਪਾਂ ਜਿਹੜੀ ਜੂਸ ਵਾਲੀ ਹੈਗੀ ਆ ਜੀ ਮਸ਼ੀਨ, ਇਹ ਆਪਾਂ ਲਿਆਂਦੀ ਸੀਗੀ ਜੀ ਭਾਰਤ ਆਟਾ ਚੱਕੀ ਕਾਲੇ ਵਾਲੀ ਮੰਡੀ ਡੱਬ ਵਾਲੀ ਤੋਂ, ਅਤੇ ਉਹਨਾਂ ਦੇ ਆਟਾ ਪੀਸਣ ਵਾਲੀਆਂ ਜਿਹੜੀਆਂ ਚੱਕੀਆਂ ਵੀ ਮਿਲਦੀਆਂ ਨੇ। ਹਾਂ, ਅਸੀਂ ਇੰਨਾ ਜੂਸ ਆ ਜਿਹੜਾ ਬਣਾ ਲਿਆ, ਅਤੇ ਨਾਲੇ ਅਸੀਂ ਪੁਦੀਨਾ ਵੀ ਜਿਹੜਾ ਇਹਦੇ ਵਿੱਚ ਫਰੈਸ਼ ਪਾਇਆ ਸੀਗਾ। ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਹਾਂ ਜੀ। ਸੋ ਦੋਸਤੋ, ਵੀਡੀਓ ਵਧੀਆ ਲੱਗੀ, ਵਲੌਗ ਵਧੀਆ ਲੱਗਿਆ, ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਅਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਤੁਸੀਂ ਕਿਹੜੇ ਹਿਸਾਬ ਦੇ ਨਾਲ ਮਤਲਬ ਕਿ ਜਿਹੜਾ ਅੰਬਾਂ ਦਾ ਚਾਰ ਪਾਉਂਦੇ ਹੋ, ਅਤੇ ਅਸੀਂ ਤਾਂ ਹਰ ਸਾਲ ਇੱਦਾਂ ਹੀ ਪਾਉਂਦੇ ਹਾਂ ਜੀ। ਥੈਂਕ ਯੂ ਸੋ ਮਚ।